ਸਵਾਰੀਆਂ ਦੇ ਨਾਲ ਭਰੀ ਹੋਈ ਪੰਜਾਬ ਰੋਡਵੇਜ਼ ਦੀ ਬੱਸ ਹਾਦਸਾਗ੍ਰਸਤ ਹੋ ਗਈ। ਤੜਕੇ ਤੜਕੇ ਸਵਾਰੀਆਂ ਦੇ ਨਾਲ ਇਹ ਬੱਸ ਭਰੀ ਹੋਈ ਸੀ, ਸੜਕ ਤੋਂ ਥੱਲੇ ਉਤਰ ਕੇ ਖੰਭੇ ਦੇ ਵਿੱਚ ਵੱਜੀ, ਜਿਸ ਦੇ ਨਾਲ ਕਾਫੀ ਸਵਾਰੀਆਂ ਦੇ ਸੱਟਾਂ ਵੱਜੀਆਂ ਨੇ। ਸੰਘਣੀ ਧੁੰਦ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਤਸਵੀਰਾਂ ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਦੀਆਂ ਨੇ। ਇਹ ਬੱਸ ਤੜਕੇ 4:40 ਤੇ ਜਲਾਲਾਬਾਦ ਤੋਂ ਚੱਲੀ, ਚੱਕ ਸੈਦੋਕੇ ਤੋਂ ਸਵਾਰੀਆਂ ਬਿਠਾਈਆਂ ਤੇ ਅੱਗੇ ਜਾ ਕੇ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਤੇ ਹਾਦਸਾ ਹੋ ਗਿਆ। ਧੁੰਦ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਨੂੰ ਅੱਗੇ ਕੁਝ ਵੀ ਨਜ਼ਰ ਨਹੀਂ ਆਇਆ ਤੇ ਇਹ ਬੱਸ ਕਿਨਾਰੇ ਤੋਂ ਥੱਲੇ ਉਤਰ ਕੇ ਇੱਕ ਖੱਡ ਦੇ ਵਿੱਚ ਜਾ ਡਿੱਗੀ ਤੇ ਖੰਭੇ ਦੇ ਨਾਲ ਜਾ ਟਕਰਾਈ। ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਐਂਬੂਲੈਂਸ ਦੇ ਜ਼ਰੀਏ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ 5 ਤੋਂ 6 ਲੋਕਾਂ ਦੇ ਸੱਟਾਂ ਵੱਜੀਆਂ ਨੇ, ਜਿਨ੍ਹਾਂ ਦੇ ਵਿੱਚ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ। ਸੋ ਦੱਸਦੇ ਆ ਕਿ ਧੁੰਦ ਦਾ ਕਹਿਰ ਨਜ਼ਰ ਆਇਆ। ਜਲਾਲਾਬਾਦ ਤੋਂ ਦਿੱਲੀ ਜਾ ਰਹੀ ਸੀ ਬੱਸ, ਤਾਂ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਤੇ ਚੱਕ ਸੈਦੋਕੇ ਤੋਂ ਅੱਗੇ ਜਾ ਕੇ ਭਿਆਨਕ ਸੜਕੀ ਹਾਦਸਾ ਹੋ ਗਿਆ। ਬੱਸ ਸੜਕ ਤੋਂ ਥੱਲੇ ਉਤਰ ਕੇ ਖੰਭੇ ਦੇ ਵਿੱਚ ਵੱਜੀ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਬਸ ਅਸੀਂ 4:40 ਤੋਂ ਚੱਲੇ ਹਾਂ ਜੀ ਡੇਲੀ ਵਾਂਗੂ, ਜਿਵੇਂ ਅੱਗੇ ਚੱਲਦੀ ਹੈ ਜੀ ਜਲਾਲਾਬਾਦ ਤੋਂ ਫਤਿਹਾਬਾਦ ਅਪ ਡਾਊਨ ਕਰਦੇ ਹਾਂ ਅਸੀਂ, ਅਤੇ ਇੱਥੋਂ ਫਤਿਹ ਆਪਣਾ ਸੈਦੋ ਚੱਕ ਤੋਂ ਆ ਕੇ ਸਵਾਰੀਆਂ ਚੜ੍ਹਾਈਆਂ ਅਸੀਂ 5 ਵਜੇ ਦੇ ਕਰੀਬ, ਅਤੇ ਸਵਾਰੀਆਂ ਚੜ੍ਹਾ ਕੇ ਤੁਰੇ ਹੀ ਹਜੇ ਵਾ ਅੱਗੇ ਆ ਗਏ ਜੀ। ਧੁੰਦ ਕਰਕੇ ਥੱਲੇ ਲੈ ਗਈ। ਕਿੰਨੀ ਕੁ ਧੁੰਦ ਬਹੁਤ ਸੀ ਜ਼ਿਆਦਾ ਜੀ। ਕਿੰਨੀਆਂ ਬਾਈ ਜੀ ਸਵਾਰੀਆਂ? ਸਵਾਰੀਆਂ ਹੈਗੀਆਂ 40 ਦੇ ਕਰੀਬ ਹੈਗੀਆਂ ਸੀ। ਸੱਟਾਂ ਵੀ ਲੱਗੀਆਂ? 5-4 ਸਵਾਰੀਆਂ ਤੇ ਹੈਗੀਆਂ ਜੀ, ਬੰਬ ਬੂਮਾਂ ਦੇ ਮੂੰਹ ਤੇ ਸੱਟਾਂ ਹੈਗੀਆਂ ਪਰ। ਹਾਂਜੀ, ਡਰਾਈਵਰ ਦੇ ਵੀ ਕਹਿੰਦੇ ਕੁਝ? ਡਰਾਈਵਰ ਦੇ ਹੈਗੀ ਹੈ, ਬਾਹਰ ਦੇ ਸੱਟ ਹੈਗੀ ਜ਼ਿਆਦਾ, ਸੱਟ ਡਰਾਈਵਰ ਦੇ? ਹਾਂਜੀ, ਬਾਹਰ ਦੇ ਸੱਟ ਹੈਗੀ। ਅੱਛਾ, ਤੇ ਆਪ 2 ਕਿੱਲੇ ਵਾਟ ਤੋਂ ਚੱਲੇ ਹੋ ਹਾਲੀ? ਹਾਂਜੀ, 2 ਕਿੱਲੇ ਵਾਟ ਤੋਂ ਬਾਅਦ ਸਵਾਰੀ ਚੜ੍ਹਾ ਕੇ ਚੱਲੇ ਹੀ ਹਾਂ, ਤੇ ਬਸ ਤਾਂ ਜਮਾਂ ਸਲੋ ਹੀ ਸੀਗੀ। ਹਾਂਜੀ, ਦਿਖਾਈ ਨਹੀਂ ਦਿੱਤਾ? ਦਿਖਾਈ ਨਹੀਂ ਦਿੱਤਾ ਜੀ। ਸਵਾਰੀਆਂ ਨੂੰ ਅਸੀਂ ਐਂਬੂਲੈਂਸ ਬੁਲਾ ਕੇ 5-4 ਸਵਾਰੀਆਂ ਹੈਗੀਆਂ ਸੀ, ਉਹਨਾਂ ਨੂੰ ਅਸੀਂ ਭੇਜ ਦਿੱਤਾ ਸੀ। ਕਿੱਥੇ ਭੇਜਿਆ ਗਿਆ? ਬਸ ਸਿਵਲ ਹਸਪੀਟਲ ਹੀ ਗਿਆ ਇਹ ਜਲਾਲਾਬਾਦ। ਕੁਛ ਨਹੀਂ ਵੀ, ਜਾਂ ਤਾਂ ਇਹ ਓਵਰਟੇਕ ਕਰਦਾ ਜਾਂ ਅੱਗੋਂ ਦੱਸਿਆ ਹੀ ਨਹੀਂ ਉਹਨੂੰ ਵੀ ਧੁੰਦ ਚ ਹਨੇਰਾ ਹੀ ਇੰਨਾ ਸੀਗਾ। ਧੁੰਦ ਬਹੁਤ ਜ਼ਿਆਦਾ ਸੀ ਅੱਜ। ਧੁੰਦ ਬਹੁਤ ਜ਼ਿਆਦਾ। ਪੰਜਾਬ ਰੋਡਵੇਜ਼ ਹੀ ਆ, 5 ਵਜੇ ਸੱਦਾ ਜਾਂ ਬੱਸ ਹੀ ਲਿਆ। ਅੱਛਾ, ਇਹ ਕਿੱਥੇ ਜਾਂਦੀ ਹੈ ਇਹ? ਦਿੱਲੀ ਜਾਂਦੀ ਹੈ ਜੀ। ਦਿੱਲੀ ਜਾਂਦੀ ਹੈ ਜਲਾਲਾਬਾਦ ਤੋਂ। ਸਵਾਰੀਆਂ ਦੇ ਨਾਲ ਭਰੀ ਹੋਈ ਪੰਜਾਬ ਰੋਡਵੇਜ਼ ਦੀ ਬੱਸ ਹਾਦਸਾਗ੍ਰਸਤ ਹੋ ਗਈ। ਤੜਕੇ ਤੜਕੇ ਸਵਾਰੀਆਂ ਦੇ ਨਾਲ ਇਹ ਬੱਸ ਭਰੀ ਹੋਈ ਸੀ, ਸੜਕ ਤੋਂ ਥੱਲੇ ਉਤਰ ਕੇ ਖੰਭੇ ਦੇ ਵਿੱਚ ਵੱਜੀ, ਜਿਸ ਦੇ ਨਾਲ ਕਾਫੀ ਸਵਾਰੀਆਂ ਦੇ ਸੱਟਾਂ ਵੱਜੀਆਂ ਨੇ। ਸੰਘਣੀ ਧੁੰਦ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਤਸਵੀਰਾਂ ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਦੀਆਂ ਨੇ। ਇਹ ਬੱਸ ਤੜਕੇ 4:40 ਤੇ ਜਲਾਲਾਬਾਦ ਤੋਂ ਚੱਲੀ, ਚੱਕ ਸੈਦੋਕੇ ਤੋਂ ਸਵਾਰੀਆਂ ਬਿਠਾਈਆਂ ਤੇ ਅੱਗੇ ਜਾ ਕੇ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਤੇ ਹਾਦਸਾ ਹੋ ਗਿਆ। ਧੁੰਦ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਨੂੰ ਅੱਗੇ ਕੁਝ ਵੀ ਨਜ਼ਰ ਨਹੀਂ ਆਇਆ ਤੇ ਇਹ ਬੱਸ ਕਿਨਾਰੇ ਤੋਂ ਥੱਲੇ ਉਤਰ ਕੇ ਇੱਕ ਖੱਡ ਦੇ ਵਿੱਚ ਜਾ ਡਿੱਗੀ ਤੇ ਖੰਭੇ ਦੇ ਨਾਲ ਜਾ ਟਕਰਾਈ। ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਐਂਬੂਲੈਂਸ ਦੇ ਜ਼ਰੀਏ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ 5 ਤੋਂ 6 ਲੋਕਾਂ ਦੇ ਸੱਟਾਂ ਵੱਜੀਆਂ ਨੇ, ਜਿਨ੍ਹਾਂ ਦੇ ਵਿੱਚ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ। ਸੋ ਦੱਸਦੇ ਆ ਕਿ ਧੁੰਦ ਦਾ ਕਹਿਰ ਨਜ਼ਰ ਆਇਆ। ਜਲਾਲਾਬਾਦ ਤੋਂ ਦਿੱਲੀ ਜਾ ਰਹੀ ਸੀ ਬੱਸ, ਤਾਂ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਤੇ ਚੱਕ ਸੈਦੋਕੇ ਤੋਂ ਅੱਗੇ ਜਾ ਕੇ ਭਿਆਨਕ ਸੜਕੀ ਹਾਦਸਾ ਹੋ ਗਿਆ। ਬੱਸ ਸੜਕ ਤੋਂ ਥੱਲੇ ਉਤਰ ਕੇ ਖੰਭੇ ਦੇ ਵਿੱਚ ਵੱਜੀ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ।
ਬਸ ਅਸੀਂ 4:40 ਤੋਂ ਚੱਲੇ ਹਾਂ ਜੀ ਡੇਲੀ ਵਾਂਗੂ, ਜਿਵੇਂ ਅੱਗੇ ਚੱਲਦੀ ਹੈ ਜੀ ਜਲਾਲਾਬਾਦ ਤੋਂ ਫਤਿਹਾਬਾਦ ਅਪ ਡਾਊਨ ਕਰਦੇ ਹਾਂ ਅਸੀਂ, ਅਤੇ ਇੱਥੋਂ ਫਤਿਹ ਆਪਣਾ ਸੈਦੋ ਚੱਕ ਤੋਂ ਆ ਕੇ ਸਵਾਰੀਆਂ ਚੜ੍ਹਾਈਆਂ ਅਸੀਂ 5 ਵਜੇ ਦੇ ਕਰੀਬ ਆ, ਅਤੇ ਸਵਾਰੀਆਂ ਚੜ੍ਹਾ ਕੇ ਤੁਰੇ ਹੀ ਹਜੇ ਵਾ ਅੱਗੇ ਆ ਗਏ ਜੀ, ਮੈਂ ਧੁੰਦ ਕਰਕੇ ਥੱਲੇ ਲੈ ਗਈ। ਕਿੰਨੀ ਕੁ ਧੁੰਦ? ਧੁੰਦ ਬਹੁਤ ਸੀ ਜ਼ਿਆਦਾ ਜੀ। ਕਿੰਨੀਆਂ ਬਾਈ ਜੀ ਸਵਾਰੀਆਂ? ਸਵਾਰੀਆਂ ਹੈਗੀਆਂ 40 ਦੇ ਕਰੀਬ ਹੈਗੀਆਂ ਸੀ। ਸੱਟਾਂ ਵੀ ਲੱਗੀਆਂ? 5-4 ਸਵਾਰੀਆਂ ਦੇ ਹੈਗੀਆਂ ਜੀ, ਬਾਂਹ ਬੂਹਾਂ ਦੇ ਮੂੰਹ 'ਤੇ ਸੱਟਾਂ ਹੈਗੀਆਂ ਵਾ। ਹਾਂਜੀ, ਡਰਾਈਵਰ ਦੇ ਵੀ ਕਹਿੰਦੇ ਕੁਝ? ਡਰਾਈਵਰ ਦੇ ਹੈਗੀ ਹੈ, ਬਾਂਹ ਦੇ ਸੱਟ ਹੈਗੀ ਜ਼ਿਆਦਾ, ਡਰਾਈਵਰ ਦੇ ਜ਼ਿਆਦਾ। ਹਾਂਜੀ, ਬਾਂਹ ਤੇ ਸੱਟ ਹੈਗੀ। ਅੱਛਾ, ਤੇ ਆਪ 2 ਕਿੱਲੇ ਵਾਰਡ ਤੋਂ ਚੱਲੇ ਹੋ ਹਾਲੀ? ਹਾਂਜੀ, 2 ਕਿੱਲੇ ਵਾਰਡ ਤੋਂ ਬਸ ਸਵਾਰੀ ਚੜ੍ਹਾ ਕੇ ਚੱਲੇ ਹੀ ਹਾਂ, ਬਸ ਤਾਂ ਜਮ੍ਹਾਂ ਸਲੋ ਹੀ ਸੀਗੀ। ਹਾਂਜੀ, ਦਿਖਾਈ ਨਹੀਂ ਦਿੱਤਾ? ਦਿਖਾਈ ਨਹੀਂ ਦਿੱਤਾ ਜੀ। ਦਿੱਲੀ ਜਾਂਦੀ ਸੀ ਪਰ ਹੁਣ ਫਤਿਹਾਬਾਦ ਤੋਂ ਅਪ ਡਾਊਨ ਕਰਦੀ ਹੈ। ਹਾਂਜੀ, ਹਾਂਜੀ, ਮੁਕਤਸਰ ਡਿਪੂ ਹੈ। ਹਾਂਜੀ, ਇਹ ਤੜਕੇ ਕਿੰਨੇ ਕੁ ਵਜੇ ਹਾਦਸਾ ਵਾਪਰਿਆ? 5 ਵਜੇ ਦੇ ਕਰੀਬ ਜੀ। ਤੇ ਜਿਹੜੇ ਜ਼ਖਮੀ ਹੋਏ ਆ ਉਹ ਕਿੱਥੇ? ਉਹਨਾਂ ਦਾ ਉਹ ਸਵਾਰੀਆਂ ਨੂੰ ਅਸੀਂ ਐਂਬੂਲੈਂਸ ਬੁਲਾ ਕੇ 4 ਸਵਾਰੀਆਂ ਹੈਗੀਆਂ ਸੀ ਉਹਨਾਂ ਨੂੰ ਅਸੀਂ ਭੇਜ ਦਿੱਤਾ ਸੀ। ਕਿੱਥੇ ਭੇਜਿਆ ਗਿਆ? ਬਸ ਸਿਵਲ ਹਸਪੀਟਲ ਹੀ ਗਏ ਜਲਾਲਾਬਾਦ। ਕੁਛ ਨਹੀਂ, ਬੀਜਾਂ ਦਾ ਇਹ ਓਵਰਟੇਕ ਕਰਦਾ ਜਾਂ ਅੱਗੋਂ ਦਿਸਿਆ ਹੀ ਨਹੀਂ ਉਹਨੂੰ, ਵੀ ਧੁੰਦ ਚ ਹਨੇਰਾ ਹੀ ਇੰਨਾ ਸੀਗਾ। ਧੁੰਦ ਬਹੁਤ ਜ਼ਿਆਦਾ ਸੀ। ਧੁੰਦ ਬਹੁਤ ਜ਼ਿਆਦਾ। ਪੰਜਾਬ ਰੋਡ ਵੇ ਜੀ ਆ 5 ਵਜੇ ਸੈਦਰ ਜਾਂ ਬੱਸ ਹੀ ਲਿਆ। ਅੱਛਾ, ਇਹ ਕਿੱਥੇ ਜਾਂਦੀ ਹੈ? ਇਹ ਦਿੱਲੀ ਜਾਂਦੀ ਹੈ ਜੀ। ਦਿੱਲੀ ਜਾਂਦੀ ਹੈ ਜਲਾਲਾਬਾਦ ਤੋਂ ਜੀ।